ਮੇਰੀ ਹਿੰਦੀ ਵਧੀਆ ਆ। ਮੈਂ ਤੁਹਾਨੂੰ ਦੱਸਾਂ ਆ ਟਿਕਟੋਕ ਕੌਣ ਕੌਣ ਚਲਾਉਂਦਾ ਆ ਭਾਈ? ਟਿਕਟੋਕ ਸਾਰੇ ਚਲਾਉਂਦੇ ਆ, ਤਾਲੀਆਂ ਵਜਾ ਦਿਓ ਟਿਕਟੋਕ ਵਾਲੇ। ਤੇ ਜੇਕਰ ਭਈਆ ਟਿਕਟੋਕ ਚਲਾ ਕੇ ਭਈਏ ਰਾਣੀ ਲਈ ਗਾਣਾ ਗਾਵੇ ਕਿੱਦਾਂ ਗਾਊਗਾ? ਮੈਂ ਕਿਹਾ ਸਾਡੇ ਭਈਏ ਵੀਰਾਂ ਲਈ ਤਾਲੀਆਂ ਵੀ ਟਿਕਟੋਕ ਚਲਾਉਂਦੇ ਆ ਅੱਜ ਕੱਲ੍ਹ, ਤੇ ਉਹਨਾਂ ਨੇ ਗਾਣਾ ਪਤਾ ਕਿਹੜਾ ਬਣਾਇਆ? ਕਿਹੜਾ ਨਵਾਂ ਗਾਣਾ? ਕਿਸ ਤਰ੍ਹਾਂ ਟਿਕਟੋਕ ਦਾ ਭਈਆ ਜੀ ਗਾਣਗੇ? ਕਿੱਦਾਂ ਗਾਉਣਗੇ? ਆਸ਼ੂ ਜੀ ਸੁਣਾ ਦਈਏ ਭਈਆ ਦਾ ਗਾਣਾ, ਪਹਿਲਾਂ ਤਾਲੀਆਂ ਵਜਾ ਦਿਓ। ਨਾਡੀ ਮਿਲਨੋਂ ਵੀ ਗਿਆ ਲਾਉਂਦਾ ਮਿੱਠੀ ਮਿੱਠੀ ਲਾਰਾ, ਉਹਦੇ ਲਾਰਿਆਂ ਚ ਰਾਮੂ ਪਈਆ ਰਹਿ ਗਿਆ ਕਵਾਰਾ, ਵਾਦਾ ਕਰਕੇ ਨੀ ਪੱਟ ਹੋਣੀ ਆਇਆ ਮੈਂ ਖਰੀ ਰਿਹਾ ਕੌਫੀ ਸੋਪ ਤੇ, ਬਿਹਾਰੀਆਂ ਕਾ ਕੱਲਾ ਕੱਲਾ ਭੂਤ ਪਾਟ ਕੇ ਮਰ ਜਾਣਾ ਬੀਜੀ ਹੋ ਗਈ ਟਿਕਟੋਕ ਤੇ, ਬਿਹਾਰੀਆਂ ਕਾ ਕੱਲਾ ਕੱਲਾ ਭੂਤ ਪਾਟ ਕੇ ਮਰ ਜਾਣਾ ਬੀਜੀ ਹੋ ਗਈ ਟਿਕਟੋਕ ਤੇ। ਮੇਰਾ ਵੀਰ ਜੱਗੀ ਬ੍ਰਦਰ ਆਇਆ, ਜੱਗੀ ਲਈ ਜ਼ੋਰਦਾਰ ਤਾਲੀਆਂ। ਪਹਿਲਾ ਢੋਲੀ ਆ ਜਿਹੜਾ ਕੌਣ ਬਣੇ ਕਰੋੜਪਤੀ 'ਚ ਵਜਾ ਕੇ ਆਇਆ। ਕਲਰਸ 'ਤੇ ਤੁਸੀਂ ਦੇਖਿਆ ਪ੍ਰੋਗਰਾਮ ਇੰਡੀਆ ਗੋਟ ਟੈਲੈਂਟ, ਉਹਦੇ ਵਿੱਚ ਮੇਰਾ ਵੀਰ ਇਹਦੇ ਲਈ ਜ਼ੋਰਦਾਰ ਤਾਲੀਆਂ। ਲੱਕੀ ਅਤੇ ਜੱਗੀ ਬ੍ਰਦਰ ਦੀ ਜੋੜੀ ਆ। ਮੈਂ ਕਿਹਾ ਪੋਟੂ ਸ਼ਾਹ ਜੀ, ਇਹ ਮੈਨੂੰ ਦੱਸੋ ਕਮੇਡੀ ਸ਼ੁਰੂ ਕਿੱਥੋਂ ਹੋਈ ਆ? ਇਹ ਸ਼ੁਰੂ ਕਮੇਡੀ ਭੰਡਾਂ ਤੋਂ ਹੋਈ ਆ। ਦਰਬਾਰਾਂ 'ਤੇ ਪਹਿਲਾਂ ਨਕਲਾਂ ਹੁੰਦੀਆਂ ਸੀ, ਅਸੀਂ ਇਸ ਦਰਬਾਰ ਦੇ ਦੀਵਾਨੇ ਹਾਂ। ਜਦੋਂ ਮੈਨੂੰ ਕੁਛ ਨਹੀਂ ਸੀ ਆਉਂਦਾ ਮੈਂ ਉਦੋਂ ਦਾ ਬਾਪੂ ਦੇ ਚਰਨਾਂ ਨਾਲ ਜੁੜਿਆ। ਇੱਕ ਵਾਰੀ ਤਾਲੀਆਂ ਵਜਾ ਦਿਓ। ਮੈਂ ਬਾਪੂ ਨੂੰ ਦਿਲੋਂ ਕਹਿਣਾ ਕਿ ਅਸੀਂ ਉਰੇ ਵੀ ਤੇਰੇ ਬਾਪੂ, ਪਰੇ ਵੀ ਤੇਰੇ ਹਾਂ, ਅਸੀਂ ਖੋਟੇ ਵੀ ਤੇਰੇ ਅਤੇ ਖਰੇ ਵੀ ਤੇਰੇ ਹਾਂ, ਅਸੀਂ ਡੁੱਬੇ ਵੀ ਤੇਰੇ ਅਤੇ ਤਰੇ ਵੀ ਤੇਰੇ ਹਾਂ, ਅਸੀਂ ਸੁੱਕੇ ਵੀ ਤੇਰੇ ਅਤੇ ਹਰੇ ਵੀ ਤੇਰੇ ਹਾਂ, ਜਿੱਦਾਂ ਰੱਖਣਾ ਬਾਪੂ ਮਰਜ਼ੀ ਤੇਰੀ, ਅਸੀਂ ਜਿਉਂਦੇ ਵੀ ਤੇਰੇ ਅਤੇ ਮਰੇ ਵੀ ਤੇਰੇ ਹਾਂ। ਮੈਂ ਦਿਲੋਂ ਕਹਿੰਦਾ ਆਓ। ਭੰਡਾ ਤੋਂ ਸ਼ੁਰੂ ਹੋਈ ਸੀ ਕਮੇਡੀ? ਕਮੇਡੀ ਜਿਹੜੀ ਭੰਡਾਂ ਤੋਂ ਸ਼ੁਰੂ ਹੋਈ ਆ। ਇੱਕ ਭੰਡ ਨੂੰ ਕਿਸੇ ਨੇ ਕਿਹਾ ਤੂੰ ਦਰਬਾਰ ਤੇ ਬੰਬ ਰੱਖ ਕੇ ਆਉਣਾ, ਤੈਨੂੰ ਪੈਸੇ ਦਿਆਂਗੇ। ਅੱਛਾ ਵੀ ਪੈਸੇ ਦੇਵਾਂਗੇ ਦਰਬਾਰ ਤੇ ਬੰਬ ਰੱਖ ਕੇ ਆਉਣਾ? ਦਰਬਾਰ ਤੇ ਬੰਬ ਰੱਖਣ ਗਿਆ, ਫੜਿਆ ਗਿਆ, ਪੁਲਿਸ ਵਾਲਿਆਂ ਨੇ ਫੜ ਲਿਆ। ਫੇਰ ਕੀ ਹੋਇਆ? ਕਹਿੰਦੇ ਭੰਡਾ ਤੂੰ ਦਰਬਾਰ ਤੇ ਬੰਬ ਰੱਖ ਕੇ ਆਇਆ। ਕੀ ਕਹਿੰਦਾ ਭੰਡ? ਭੰਡ ਪਤਾ ਕੀ ਕਹਿੰਦਾ? ਕੀ ਕਹਿੰਦਾ? ਕਹਿੰਦੇ ਮੈਂ ਰਾਜੀ ਮੈਂ ਬੰਬ ਰੱਖਿਆ ਨਹੀਂ, ਇਹ ਮੈਂ ਸੁਖਣਾ ਸੁਖੀ ਜੀ ਬਾਬਾ ਮੇਰੇ ਮੁੰਡਾ ਜੰਮੂ ਤੇਰੇ ਬੰਬ ਚੜਾਉਂਗਾ। ਇਹ ਕਮੇਡੀ ਉਹਨਾਂ ਤੋਂ ਸ਼ੁਰੂ ਹੋਈ ਆ। ਵੈਸੇ ਤੂੰ ਆਪਣੀ ਭੈਣ ਦੇ ਵਿਆਹ 'ਚ ਵੀ ਭੰਡਾ ਨੂੰ ਬੁਲਾਇਆ ਸੀ? ਹਾਂ, ਮੇਰੀ ਭੈਣ ਦਾ ਵਿਆਹ ਸੀ, ਭੰਡਾ ਨੂੰ ਬੁਲਾ ਲਿਆ। ਮੇਰਾ ਬੜਾ ਪਿਆਰ ਆ ਅਤੇ ਭੰਡ ਨੌਨ ਵੈਜ ਦੇ ਬੜੇ ਸ਼ੌਕੀਨ ਹੁੰਦੇ ਆ। ਫਟਾਫਟ ਆਉਂਦੇ ਪੀਸ ਪਾ ਲਏ, ਵੇਟਰ ਕਹਿੰਦਾ ਭਾਅ ਜੀ ਪੀਸ ਕੱਢੋ ਇਕੱਲੀ ਤਰੀ ਪਾਓ। ਦੋ ਤਿੰਨ ਵਾਰੀ ਇੱਦਾਂ ਹੋਇਆ, ਚੌਥੀ ਵਾਰ ਭੰਡ ਵਿਆਹ ਦਾ ਕਾਰਡ ਨਿਕਲਵਾ ਗਿਆ। ਪਤਾ ਕੀ ਕਹਿੰਦਾ? ਕੀ ਕਹਿੰਦਾ? ਕਹਿੰਦਾ ਪੋਟੂ ਸ਼ਾਹ ਆਪਣੀ ਭੈਣ ਦੇ ਵਿਆਹ ਦਾ ਕਾਰਡ ਬਣੀ ਅਤੇ ਇਕੱਲੀ ਤਰੀ ਲਿਖੀ ਹੋਈ ਹੈ। ਇੱਦਾਂ ਦੀਆਂ ਗੱਲਾਂ ਜੁਗਤਾਂ ਹੁੰਦੀਆਂ ਰਹਿੰਦੀਆਂ। ਵੈਸੇ ਪੋਟੂ ਸ਼ਾਹ ਜੀ ਤੁਸੀਂ ਕਮਜ਼ੋਰ ਬੜੇ ਹੋ ਗਏ ਆ। ਬਸ ਦੇਣੇ, ਮੈਂ ਪਿੱਛੇ ਜੇ ਇੰਨਾ ਬਿਮਾਰ ਹੋ ਗਿਆ, ਮੈਨੂੰ ਸਾਰੇ ਕਹਿੰਦੇ ਪੋਟੂ ਸ਼ਾਹ ਕਮਜ਼ੋਰ ਹੋ ਗਿਆ। ਕਮਜ਼ੋਰ ਹੋ ਗਿਆ? ਮੈਂ ਇੰਨਾ ਬਿਮਾਰ ਹੋ ਗਿਆ, ਘਰ ਦੇ ਕਦੀ ਮੰਜਾ ਚੁੱਕਿਆ ਕਰਨ ਸਿਵਲ ਹਸਪੀਟਲ, ਮੰਜਾ ਚੁੱਕਿਆ ਕਰਨ ਸਿਵਲ ਹਸਪੀਟਲ, ਕਦੇ ਮੇਰਾ ਮੰਜਾ ਚੁੱਕਿਆ ਕਰਨ ਪਿੰਮਸ ਹਸਪੀਟਲ, ਕਦੇ ਮੰਜਾ ਚੁੱਕਿਆ ਕਰਨ ਪਿੰਮਸ ਹਸਪੀਟਲ, ਕਦੇ ਮੇਰਾ ਮੰਜਾ ਚੁੱਕਿਆ ਕਰਨ PGI। ਨਾ PGI ਦੀ ਦਵਾਈ ਨਾਲ ਫਿਰ ਆਰਾਮ ਆਇਆ? ਆਰਾਮ ਸੁਆਣਾ, ਮੈਂ ਤਾਂ ਘਰੇ ਪਿਆ ਸੀ, ਇਕੱਲਾ ਮੰਜਾ ਚੁੱਕ ਕੇ ਫਿਰਦੇ ਰਹੇ। ਤਾਲੀਆਂ ਵਜਾ ਦਿਓ। ਠੀਕ ਹੈ ਬਾਬਾ ਜੀ, ਇੰਨੀ ਹਾਜ਼ਰੀ ਮੇਰੀ, ਠੀਕ ਹੈ ਕੋਈ ਨਹੀਂ, ਬਾਅਦ 'ਚੋਂ ਬਲਰਾਜ ਜੀ ਕਹਿੰਦੇ ਹਾਜ਼ਰੀ, ਇੰਨੀ ਕੁ ਮੇਰੀ ਹਾਜ਼ਰੀ ਪ੍ਰਵਾਨ ਕਰਿਓ, ਕਿਉਂਕਿ ਮੈਨੂੰ ਸਮੇਂ ਦਾ ਬੜਾ ਧਿਆਨ ਹੁੰਦਾ।